ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਦੋਸਤੋ। ਨਿਊ ਹੋਮ ਦੇ 5ਵੇਂ ਐਪੀਸੋਡ ਦੇ ਵਿੱਚ ਤੁਹਾਡਾ ਮੋਸਟ ਵੈਲਕਮ। ਅੱਜ ਮੈਂ ਸਵੇਰ ਦੇ ਹੀ ਬਾਹਰ ਗਿਆ ਹੋਇਆ ਸੀਗਾ, ਮੈਂ ਹੁਣ ਘਰ ਆਇਆ ਹੈਗਾ ਅਤੇ ਆਪਾਂ ਦੇਖਦੇ ਹਾਂ ਹੈ ਨਾ ਆਪਣੇ ਅੰਕਲ ਕੀ ਕਰੀ ਜਾਂਦੇ ਹੋਣਗੇ। ਸਾਰੇ ਬੰਦੇ ਆਪਣੇ ਕੰਮ 'ਤੇ ਲੱਗੇ ਪਏ ਹੈਗੇ ਅਤੇ ਮੈਨੂੰ ਲੱਗਦਾ ਢਾਤਾ ਹੋਊਗਾ ਜਿਹੜਾ ਆਪਣਾ ਪੁਰਾਣਾ ਦਰਵਾਜ਼ਾ ਦਾਦਾ ਜੀ ਦਾ ਬਣਾਇਆ ਹੋਇਆ 50 ਸਾਲ ਪੁਰਾਣਾ ਦਰਵਾਜ਼ਾ, ਮੈਨੂੰ ਤਾਂ ਲੱਗਦਾ ਜੇ ਢਾਤਾ ਹੋਊ। ਦੇਖਦੇ ਹਾਂ ਬਾਕੀ ਜਾ ਕੇ ਕੀ ਗੱਲਬਾਤ ਹੈਗੀ ਆ। ਇੱਥੋਂ ਤਾਂ ਕੁਛ ਦਿਸ ਨਹੀਂ ਰਿਹਾ, ਨਹੀਂ ਰਹਿੰਦਾ ਹਜੇ ਢਾਉਣ ਵਾਲਾ ਮੈਨੂੰ ਲੱਗਦਾ। ਦੇਖਦੇ ਹਾਂ ਬਾਕੀ ਆਪਾਂ ਜਾ ਕੇ ਦੇਖਦੇ ਹਾਂ ਕੀ ਗੱਲਬਾਤ ਆ। ਇੱਧਰ ਸਰਪੰਚ ਖੜਾ ਹੈ, ਕਿਉਂ ਸਰਪੰਚ ਆ, ਕੀ ਹਾਲ ਆ ਸਰਪੰਚ ਸਾਹਿਬ। ਦੇਖੀਏ ਫਿਰ ਆਪਾਂ ਕਿੰਨਾ ਕੁ ਰਹਿ ਗਿਆ ਆਪਣਾ ਘਰ। ਲਓ ਜੀ ਦੇਖਦੇ ਆਪਾਂ, ਆਪਣੇ ਨਾਲ ਸਰਪੰਚ ਸਾਹਿਬ ਨੇ, ਸਰਪੰਚ ਸਾਹਿਬ ਟਿਊਸ਼ਨ 'ਤੇ ਜਾ ਰਹੇ ਨੇ। ਆ ਜਾਓ ਜੀ ਸਰਪੰਚ ਸਾਹਿਬ। ਅਤੇ ਇੱਟਾਂ ਤਾਂ ਮੈਨੂੰ ਲੱਗਦਾ ਸਾਰੀਆਂ ਕਰਤੀਆਂ ਰੈਡੀ, ਇੱਟਾਂ ਦੀ ਗੱਲਬਾਤ ਓਕੇ ਹੈਗੀ ਹੈ। ਕਿੱਧਰ ਗਏ ਅੰਕਲ ਅਰਗੇ, ਦਿਸ ਨਹੀਂ ਰਿਹਾ ਯਾਰ ਕੋਈ ਅੱਜ ਤਾਂ, ਇੱਧਰ ਫਿਰਦੇ ਆ ਹੈ। ਹੋਰ ਆਂਟੀ ਕੀ ਹਾਲ ਹੈ ਜੀ, ਅੰਕਲ ਅਰਗੇ ਕਿੱਧਰ ਗਏ ਜੀ। ਉਹ ਚਾਹ ਲੈਣ ਗਏ ਬੇਟੇ। ਠੀਕ ਹੈ ਜੀ, ਵਧੀਆ ਜੀ। ਅੱਜ ਫਿਰ 3-4 ਜਾਣੀ ਸੀਗੇ ਤੁਸੀਂ ਜੀ। ਠੀਕ ਹੈ ਜੀ, ਟੈਲਾਂ ਝਾੜ ਕੇ ਉਹ ਸਾਰੀਆਂ ਲਾਤੀਆਂ। ਹਾਂ ਜੀ, ਅੱਜ ਇੱਟ ਲਾਤੀ 1200 ਜਿਹੜੀ ਕੱਲ ਵਾਲੀ ਸੀਗੀ। ਠੀਕ ਹੈ ਜੀ, ਫਿਰ ਅੰਕਲ ਚਾਹ ਲੈਣ ਗਿਆ। ਠੀਕ ਹੈ ਜੀ, ਹਾਂ ਬਹੁਤ ਵਧੀਆ ਨਿਬੜਿਆ ਕੰਮ। ਚਲੋ ਵਧੀਆ ਜੀ, ਬਸ 2 ਬੰਦੇ ਨਹੀਂ ਆਏ, ਦੂਜੇ ਤਾਂ ਆ ਗਏ ਸਾਰੇ। ਠੀਕ ਹੈ ਜੀ, ਲਓ ਜੀ ਇੱਟ ਲਾਤੀਆਂ ਹੈਗੀਆਂ। ਹਾਂ ਅਤੇ ਕਿਉਂ ਜੀ ਸਰਪੰਚ ਸਾਹਿਬ, ਵਧੀਆ। ਅਤੇ ਆਪਣਾ ਹੁਣ ਦਰਵਾਜ਼ਾ ਜਿਹੜਾ ਅੱਜ ਨਹੀਂ ਢਿਆ, ਕੱਲ੍ਹ ਨੂੰ ਢਹਿ ਜੂਗਾ। ਇਹ 50 ਸਾਲ ਪੁਰਾਣਾ ਦਰਵਾਜ਼ਾ ਇਹ ਦਾਦਾ ਜੀ ਦਾ ਬਣਾਇਆ ਹੋਇਆ, ਪਰ ਇਹਦਾ ਹੁਣ ਵਿਚਾਰੇ ਦਾ ਅੰਤ ਆ ਚੁੱਕਿਆ। ਅੱਜ ਇਹ ਦਰਵਾਜ਼ਾ ਢਹਿ ਜਾਣਾ, ਬਾਕੀ ਇੱਟਾਂ ਉੱਟਾਂ ਲੱਗ ਜਾਣੀਆਂ ਨੇ ਅੱਜ। ਅਤੇ ਆਪਣੇ ਅੰਕਲ ਜੀ ਗਏ ਹੋਏ ਨੇ ਚਾਹ ਲੈਣ, ਅਤੇ ਇਹਨਾਂ ਦੀ ਚਾਹ ਆਊਗੀ, ਆਪਣੇ ਬੰਦਿਆਂ ਦੀ ਸਾਰਾ ਕੁਛ ਮਿਲਦਾ ਜੀ। ਹੁਣ ਆਪਾਂ ਫਿਰ ਕੱਲ੍ਹ ਦੇ ਐਪੀਸੋਡ ਦੇ ਵਿੱਚ ਐਪੀਸੋਡ 6 'ਚ ਮਿਲਦੇ ਹਾਂ। 5ਵਾਂ ਅੱਜ ਪਾ ਤਾ, 6ਵਾਂ ਕੱਲ੍ਹ ਨੂੰ ਪਾਵਾਂਗੇ। ਅਤੇ ਇੱਟਾਂ ਦਾ ਰਹਿ ਗਿਆ ਕੰਮ, ਬਾਕੀ ਸਰਪੰਚ ਸਾਹਿਬ ਤੋਂ ਪੁੱਛਦੇ ਆਪਾਂ। ਕਿਹੋ ਸਰਪੰਚ ਸਾਹਿਬ, ਚੱਲੀ ਜਾਂਦਾ ਕੰਮ ਵਧੀਆ ਐਪੀਸੋਡ ਦਾ? ਚੱਲੀ ਜਾਂਦਾ। ਠੀਕ ਹੈ ਜੀ, ਅਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ, ਇਹੀ ਰਿਕੁਐਸਟ ਹੈ ਇੱਕ ਛੋਟੀ ਜੀ, ਹੈ ਨਾ। ਅਤੇ ਜਦੋਂ ਤੁਸੀਂ ਆਪਣਾ ਐਪੀਸੋਡ ਦੇਖੋ ਨਿਊ ਹਮਾਲ 'ਤੇ, ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ, ਹੈ ਨਾ ਸਰਪੰਚ ਸਾਹਿਬ। ਸਰਪੰਚ ਤੇਰਾ ਕੀਤਾ ਵਾ, ਦਿਖਾਈ ਫੋਨ ਕੀਤਾ ਵਾ। ਅਤੇ ਓਕੇ ਜੀ, ਮਿਲਦਾ ਜੀ ਫਿਰ ਆਪਾਂ ਕੱਲ੍ਹ ਨੂੰ। ਸਤਿ ਸ਼੍ਰੀ ਅਕਾਲ ਜੀ।